ਸਮੇਂ ਵੀ ਵਿਸ਼ਾ ਨਿਮਰਤਾ ਹੀ ਰਹੂਗਾ। ਅਰ ਨਿਮਰਤਾ ਦੇ ਬਾਰੇ ਵਿੱਚ ਕਹਾਵਤਾਂ ਦੀ ਕਿਤਾਬ ਉਹਦੇ 22 ਦੇ 4 ਦੇ ਵਿੱਚ ਇਦਾਂ ਲਿਖਿਆ ਆ, ਕਹਿੰਦਾ ਅਧੀਨਗੀ ਅਤੇ ਯਹੋਵਾ ਦਾ ਭੈ ਮੰਨਣ ਦਾ ਫਲ ਧਨ ਆਦਰ ਅਤੇ ਜਿਉਣ ਹੈ। ਬੁੱਕ ਆਫ ਪ੍ਰੋਵਰਬਸ ਚੈਪਟਰ ਨੰਬਰ 22 ਵਰਸ 4 ਕਹਾਵਤਾਂ ਦੀ ਕਿਤਾਬ 22 ਅਧਿਆਏ ਦੀ 4 ਨੰਬਰ ਪੰਕਤੀ ਚ ਇਦਾਂ ਲਿਖਿਆ ਆ, ਅਧੀਨਗੀ ਹੰਬਲਨੈਸ ਤਾਂ ਪਰਮੇਸ਼ਵਰ ਦਾ ਭੈ ਫੀਅਰ ਆਫ ਦ ਲਾਰਡ, ਅਧੀਨਗੀ ਵਿੱਚ ਰਹਿਣਾ ਤੇ ਪਰਮੇਸ਼ਵਰ ਦੇ ਡਰ ਦੇ ਵਿੱਚ ਰਹਿਣ ਦਾ ਫਲ ਕੀ ਮਿਲਦਾ ਆ? ਧਨ ਆਦਰ ਤੇ ਜ਼ਿੰਦਗੀ। ਇਹੀ ਤਿੰਨ ਚੀਜ਼ਾਂ ਪਾਉਣ ਨੂੰ ਬੰਦਾ ਭੱਜਾ ਫਿਰਦਾ, ਪੈਸੇ ਕਮਾਉਣ ਦੀ ਲਾਲਸਾ ਦੇ ਨਾਲ, ਕਾਮਨਾ ਦੇ ਨਾਲ, ਜ਼ਰੂਰਤ ਦਾ ਕਰਕੇ ਕਹਿ ਲਓ, ਜਿੱਦਾਂ ਵੀ ਕਹਿ ਲਓ, ਪੈਸਾ ਕਮਾਉਣ ਦੇ ਲਈ ਬੰਦਾ ਘਰੋਂ ਬੇਘਰ ਹੋਇਆ ਫਿਰਦਾ, ਦੇਸ਼ੋ ਵਿਦੇਸ਼ ਤੁਰਿਆ ਫਿਰਦਾ ਹੈ ਪੈਸੇ ਕਮਾਉਣ ਦਾ ਕਰਕੇ, ਆਦਰ ਹਾਸਲ ਕਰਨ ਦਾ ਕਰਕੇ ਦੂਜਿਆਂ ਦਾ ਨਿਰਾਦਰ ਕਰਦਾ ਆ, ਆਦਰ ਹਾਸਲ ਕਰਨ ਦਾ ਕਰਕੇ ਬਹੁਤ ਲੜਾਈਆਂ ਲੜਦਾ ਆ, ਬਹੁਤ ਜ਼ੱਦੋ ਜ਼ਹਿਦ ਕਰਦਾ ਕਿ ਉਹਨੂੰ ਆਦਰ ਮਿਲੇ, ਤੇ ਜ਼ਿੰਦਗੀ ਪਾਉਣ ਨੂੰ ਬੰਦਾ ਇੰਨਾ ਭੱਜਾ ਫਿਰਦਾ ਆ, ਕੰਧਾਂ 'ਚ ਵੀ ਟੱਕਰਾਂ ਮਾਰਦਾ ਆ, ਤੇ ਰੁੱਖਾਂ ਨੂੰ, ਜਾਨਵਰਾਂ ਨੂੰ, ਪਤਾ ਨਹੀਂ ਕਿਹਨੂੰ ਕਿਹਨੂੰ ਮੰਨੀ ਜਾਂਦਾ ਆ, ਪੂਜੀ ਜਾਂਦਾ ਆ, ਤੇ ਜ਼ਿੰਦਗੀ ਪਾਉਣ ਦੇ ਚੱਕਰ ਦੇ ਵਿੱਚ ਹੀ ਹਸਪਤਾਲ ਵੀ ਭਰੇ ਆ, ਲੱਗਦਾ ਵੀ ਇੱਥੋਂ ਜ਼ਿੰਦਗੀ ਮਿਲ ਜੂਗੀ। ਪਰ ਜੇਕਰ ਅਸੀਂ ਪਰਮੇਸ਼ਵਰ ਦੀ ਬਾਣੀ ਦੀ ਅਧੀਨਗੀ ਵਿੱਚ ਰਹੀਏ ਤੇ ਪਰਮੇਸ਼ਵਰ ਦਾ ਡਰ ਮੰਨਦੇ ਰਹੀਏ, ਸਾਨੂੰ ਧਨ ਵੀ ਮਿਲ ਜੂਗਾ, ਆਦਰ ਵੀ ਮਿਲੂਗਾ ਤੇ ਜ਼ਿੰਦਗੀ ਵੀ ਮਿਲੂਗੀ, ਕਿਉਂਕਿ ਦਵਾਈਆਂ ਵੀ ਓਨਾ ਚਿਰ ਕੰਮ ਨਹੀਂ ਕਰਦੀਆਂ ਜਿੰਨੀ ਦੇਰ ਤੱਕ ਦੁਆਵਾਂ ਪਰਮੇਸ਼ਵਰ ਦੀ ਹਜ਼ੂਰੀ 'ਚ ਕਬੂਲ ਨਾ ਹੋਣ। ਬਹੁਤ ਲੋਕੀ ਆ, ਉਹ ਕਹਿੰਦੇ ਜਦੋਂ ਦੇ ਚਰਚ ਆਉਣ ਲੱਗੇ ਆ ਹੁਣ ਦਵਾਈ ਅਸਰ ਕਰਨ ਲੱਗ ਗਈ ਆ, ਜਦੋਂ ਦਾ ਪ੍ਰਾਰਥਨਾ ਕਰਦੇ ਹੁਣ ਮੋੜਾ ਪੈਣ ਲੱਗ ਗਿਆ ਆ। ਕਈ ਟੈਸਟਮਨੀਜ਼ ਏਦਾਂ ਦੀ, ਉਹ ਕਹਿੰਦੇ ਹੋਸਪਿਟਲ 'ਚ ਸੀਗਾ ਸਾਡਾ ਬੰਦਾ, ਕੋਈ ਦਵਾਈ ਕਾਟ ਨਹੀਂ ਕਰਦੀ ਸੀ, ਡਾਕਟਰ ਕਹਿੰਦੇ ਘਰੇ ਲੈ ਜਾਓ ਸੇਵਾ ਕਰ ਲਓ, ਪਰ ਅਸੀਂ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ, ਅਸੀਂ ਪ੍ਰਾਰਥਨਾ ਕਰਵਾਉਣੀ ਸ਼ੁਰੂ ਕਰ ਦਿੱਤੀ ਤੇ ਉੱਥੋਂ ਉਹ ਠੀਕ ਹੋ ਕੇ ਆ ਗਿਆ ਯਿਸੂ ਮਸੀਹ ਦੇ ਨਾਮ 'ਚ। ਕੀ ਆ, ਜਦੋਂ ਤੱਕ ਦੁਆ ਨਹੀਂ ਮਨਜ਼ੂਰ ਹੋਈ ਉਦੋਂ ਤੱਕ ਦੁਆ ਨੇ ਅਸਰ ਨਹੀਂ ਕੀਤਾ। ਜਦੋਂ ਅਸੀਂ ਪਰਮੇਸ਼ਵਰ ਦੇ ਪੈ ਵਿੱਚ ਆਉਂਦੇ ਹਾਂ, ਅਧੀਨਗੀ ਦੇ ਵਿੱਚ ਆਉਂਦੇ ਹਾਂ, ਫਿਰ ਸਾਰੀਆਂ ਚੀਜ਼ਾਂ ਸਾਡੀ ਭਲਾਈ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਆ। ਪਰ ਇਨਸਾਨ ਪਰਮੇਸ਼ਵਰ ਦੇ ਅੱਗੇ ਵੀ ਹਿੰਡ ਰੱਖਦਾ ਆ, ਘੁਮੰਡ ਰੱਖਦਾ ਆ, ਆਕੜ ਨਾਲ ਚੱਲਦਾ ਆ। ਪਰ ਸਾਨੂੰ ਚਾਹੀਦਾ ਆ ਅਸੀਂ ਜਦੋਂ ਵੀ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਆਈਏ, ਇੰਨੇ ਅਸੀਂ ਨਿਮਰਤਾ 'ਚ ਹੋਣੇ ਚਾਹੀਦੇ, ਇੰਨੇ ਸੰਜਮ ਵਿੱਚ ਹੋਣੇ ਚਾਹੀਦੇ ਆ, ਪ੍ਰੇਮ ਵਿੱਚ ਹੋਣੇ ਚਾਹੀਦੇ ਆ ਕਿ ਪਰਮੇਸ਼ਵਰ ਦਾ ਦਿਲ ਸਾਥੋਂ ਜਿੱਤਿਆ ਜਾਵੇ। ਪਰ ਇਹਦਾ ਮਤਲਬ ਇਹ ਨਹੀਂ ਆ ਵੀ ਸਿਰਫ ਚਰਚ ਵਿੱਚ ਤੁਸੀਂ ਅੱਗੇ ਹਾਂਜੀ ਪਿੱਛੇ ਹਾਂਜੀ ਕਹਿਣਾ ਹੈ, ਵੀ ਚਰਚ ਦੇ ਵਿੱਚ ਹੀ ਤੁਸੀਂ ਸਿਰ ਨੀਵਾਂ ਕਰਕੇ ਤੁਰਨਾ ਹੈ। ਨਹੀਂ, ਪਰਮੇਸ਼ਵਰ ਦੀ ਹਜ਼ੂਰੀ ਕਿੱਥੇ ਕਿੱਥੇ ਆ? ਪੱਕੀ ਗੱਲ ਆ, ਪਰਮੇਸ਼ਵਰ ਦੀ ਹਜ਼ੂਰੀ ਹਰ ਜਗ੍ਹਾ ਤੇ ਆ।
ਤੁਸੀਂ ਕੋਈ ਦੁਨੀਆ ਦਾ ਇਹੋ ਜਿਹਾ ਥਾਂ ਨਹੀਂ ਆ ਜਿੱਥੇ ਤੁਸੀਂ ਲੁਕ ਜਾਵੋ ਤੇ ਤੁਸੀਂ ਕਹੋ ਕਿ ਇੱਥੇ ਪਰਮੇਸ਼ਵਰ ਮੈਨੂੰ ਨਹੀਂ ਦੇਖਦਾ। ਤਾਂ ਜੇ ਹਰ ਜਗ੍ਹਾ ਤੇ ਉਹ ਦੇਖਦਾ, ਇਟ ਮੀਨ ਹਰ ਜਗ੍ਹਾ ਤੇ ਉਹਦੀ ਹਜ਼ੂਰੀ ਆ, ਤੇ ਜੇ ਹਰ ਜਗ੍ਹਾ ਤੇ ਉਹਦੀ ਹਜ਼ੂਰੀ ਆ, ਇਹਦਾ ਮਤਲਬ ਨਿਮਰਤਾ, ਅਧੀਨਗੀ ਤੇ ਪਰਮੇਸ਼ਵਰ ਦਾ ਡਰ ਹਰ ਜਗ੍ਹਾ ਤੇ ਹੀ ਸਾਨੂੰ ਰੱਖਣਾ ਚਾਹੀਦਾ, ਜ਼ਰੂਰੀ ਆ। ਤਾਂ ਅਸੀਂ ਘਰ ਵਿੱਚ ਹੋਈਏ ਤਦ ਵੀ ਅਸੀਂ ਨਰਮਾਈ ਚ ਹੋਣੇ ਚਾਹੀਦੇ, ਨਿਮਰਤਾ ਵਿੱਚ, ਅਧੀਨਗੀ ਵਿੱਚ ਹੋਣੇ ਚਾਹੀਦੇ। ਜੇ ਅਸੀਂ ਆਫਿਸ ਵਿੱਚ ਆ, ਉੱਥੇ ਵੀ ਆਪਣਾ ਚੰਡਾਲ ਰੂਪ ਨਾ ਧਾਰਨ ਕਰੋ, ਉੱਥੇ ਵੀ ਅਧੀਨਗੀ ਦੇ ਵਿੱਚ ਰਹੋ। ਤੁਸੀਂ ਬਾਹਰ ਕਿਤੇ ਗਏ, ਕਿਸੇ ਫੰਕਸ਼ਨ ਤੇ ਗਏ ਆ, ਉੱਥੇ ਵੀ ਘਮੰਡ ਦਿਖਾਉਣ ਦੀ ਕੀ ਜ਼ਰੂਰਤ ਹੈ? ਤੁਸੀਂ ਕਿਸੇ ਆਪਣੇ ਰਿਸ਼ਤੇਦਾਰ ਦੇ ਘਰ ਵਿੱਚ ਗਏ, ਉੱਥੇ ਆਕੜ ਕੇ ਬੈਠੇ ਹੋ, ਤੁਸੀਂ ਕੀ ਸੋਚਦੇ ਹੋ? ਤੁਹਾਡਾ ਬਹੁਤ ਆਦਰ ਕਰਨਗੇ, ਚਾਹ ਸਮੋਸੇ ਉਹਨੇ ਉਹਨੂੰ ਵੀ ਦੇ ਦੇਣੇ ਆ ਜਿਹੜਾ ਹੱਸਣ ਡਿਆ ਜਾਂ ਪਿਆਰ ਨਾਲ ਬੋਲਣ ਡਿਆ, ਤੇ ਆਕੜੇ ਨੂੰ ਵੀ ਚਾਹ ਸਮੋਸੇ ਹੀ ਮਿਲਣੇ ਆ। ਜਾਣ ਦੇ ਪਿੱਛੋਂ ਸਿਫਤਾਂ ਤੁਹਾਡੀਆਂ ਵੱਖਰੇ ਤਰ੍ਹਾਂ ਦੀਆਂ ਹੋਣਗੀਆਂ, ਇਹ ਪੱਕੀ ਗੱਲ। ਕਿਸੇ ਨੇ ਆਪਣੀ ਭਾਸ਼ਾ ਚ ਕੁਛ ਕਹਿਣਾ ਤੇ ਕਿਸੇ ਨੇ ਕੁਛ ਕਹਿਣਾ। ਤਾਂ ਸੋਭਾ ਜਿਹੜੀ ਆ, ਆਦਰ ਜਿਹੜਾ ਆ, ਇੱਜ਼ਤ ਜਿਹੜੀ ਆ, ਉਹ ਨਿਮਰਤਾ ਦੇ ਵਿੱਚ ਆ। ਅਰ ਪ੍ਰਭੂ ਯਿਸੂ ਮਸੀਹ ਨਿਮਰਤਾ ਦੀ ਸਭ ਤੋਂ ਬੈਸਟ ਐਗਜ਼ਾਮਪਲ ਆ ਦੁਨੀਆ ਵਿੱਚ, ਹੁਣ ਤੱਕ ਦੀ ਸਭ ਤੋਂ ਬੈਸਟ ਐਗਜ਼ਾਮਪਲ ਆ ਪ੍ਰਭੂ ਯਿਸੂ ਮਸੀਹ। ਐਕਚੁਅਲ ਦੇ ਵਿੱਚ ਨਿਮਰਤਾ ਹੈ ਕੀ? ਅਧੀਨਗੀ ਜਿਹੜੀ ਆ ਉਹ ਹੈ ਕੀ? ਨਿਮਰਤਾ ਦਾ ਮਤਲਬ ਮੂਰਖ ਹੋਣਾ ਨਹੀਂ ਆ, ਕਮਲਾ ਹੋਣਾ ਨਹੀਂ ਆ। ਨਿਮਰਤਾ ਦਾ ਮਤਲਬ ਆ ਸੂਝ ਬੂਝ ਹੋਣ ਦੇ ਬਾਵਜੂਦ, ਅਕਲ ਸਮਝ ਬੁੱਧ ਗਿਆਨ ਹੋਣ ਦੇ ਬਾਵਜੂਦ ਘਮੰਡ ਤੋਂ ਰਹਿਤ ਹੋਣਾ, ਨਿਮਰਤਾ ਵਾਲਾ ਸੁਭਾਅ ਆ। ਬਈ ਸਮਝ ਸਾਰੀ ਆ, ਗਿਆਨ ਸਾਰਾ ਆ, ਗੁਣ ਵੀ ਬਹੁਤ ਆ, ਪਰ ਘਮੰਡ ਕੋਈ ਨਹੀਂ, ਇਹ ਆ ਨਿਮਰਤਾ। ਕਲਾਕਾਰ ਬਹੁਤ ਵੱਡਾ ਆ ਪਰ ਘਮੰਡ ਨਹੀਂ, ਇਹ ਆ ਨਿਮਰਤਾ। ਧਨ ਵੀ ਹੈਗਾ, ਦੌਲਤ ਆ, ਇੱਜ਼ਤ ਆ, ਸ਼ੋਹਰਤ ਆ, ਪੁੱਤ ਆ, ਜ਼ਮੀਨ ਆ, ਘਰ ਆ, ਜਾਇਦਾਦ ਆ, ਪਰ ਘਮੰਡ ਨਹੀਂ, ਇਹ ਕੀ ਆ? ਨਿਮਰਤਾ। ਸਭ ਕੁਛ ਹੋਣ ਦੇ ਬਾਵਜੂਦ ਕਿਸੇ ਵੀ ਚੀਜ਼ ਦਾ ਘਮੰਡ ਨਾ ਕਰਨਾ, ਇਹੀ ਆਪਣੇ ਆਪ ਦੇ ਵਿੱਚ ਨਿਮਰਤਾ ਆ। ਵੀ ਰੁਤਬਾ ਬਹੁਤ ਵੱਡਾ ਆ, ਰੁਤਬੇ ਦੇ ਜ਼ੋਰ ਨਾਲ ਬਹੁਤ ਕੁਛ ਬੰਦਾ ਕਰ ਸਕਦਾ ਆ, ਕਲਮ ਦੀ ਤਾਕਤ ਕਿਸੇ ਇਨਸਾਨ ਕੋਲ ਬਹੁਤ ਵੱਡੀ ਆ, ਉਹਦੇ ਇੱਕ ਦਸਤਖਤ ਜਿਹੜੇ ਆ ਉਹ ਕਿਸੇ ਦਾ ਸਭ ਕੁਛ ਵਿਗਾੜ ਸਕਦੇ, ਕਿਸੇ ਦਾ ਸਭ ਕੁਛ ਸਵਾਰ ਸਕਦੇ ਆ, ਪਰ ਫਿਰ ਵੀ ਉਸ ਇਨਸਾਨ ਵਿੱਚ ਘਮੰਡ ਕੋਈ ਨਹੀਂ, ਇਹਨੂੰ ਕਹਿੰਦੇ ਨਿਮਰਤਾ। ਪਰ ਬਹੁਤ ਸਾਰੇ ਲੋਕ ਆ ਉਹਨਾਂ ਦੇ ਕੋਲ ਇਹਨਾਂ 20-22 ਚੀਜ਼ਾਂ ਚੋਂ ਕੋਈ ਇੱਕ ਵੀ ਚੀਜ਼ ਆ ਜਾਵੇ ਤੇ ਉਹਨਾਂ ਦਾ ਘਮੰਡ ਜਿਹੜਾ ਨਾ ਉਹ ਸਿਖਰ ਤੇ ਪਹੁੰਚ ਜਾਂਦਾ ਹੈ। ਮਤਲਬ ਸਮਝ ਲਓ ਕਿ ਕਿਸੇ ਦੇ ਦੋ ਪੋਤੇ ਆ, ਉਹ ਦੂਜੇ ਨੂੰ ਬੰਦਾ ਹੀ ਨਹੀਂ ਸਮਝਦਾ, ਉਹਨੂੰ ਪੁੱਤਾਂ ਦਾ ਬਹੁਤ ਘਮੰਡ ਆ। ਕਿਸੇ ਕੋਲੇ 4 ਪੈਸੇ ਆ ਜਾਣ, ਉਹ ਮਾਤੜ ਨੂੰ, ਆਪ ਤੋਂ ਨੀਵੇਂ ਨੂੰ, ਭਾਵੇਂ ਉਹਦਾ ਸਕਾ ਭਰਾ ਹੋਵੇ,
ਭਾਵੇਂ ਉਹਦੇ ਆਪਣੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਹੋਣ, ਉਹ ਕੁਛ ਇਨਸਾਨ ਹੀ ਨਹੀਂ ਸਮਝਦਾ। ਘੁਮੰਡ ਆ ਗਿਆ ਉਹਦੇ ਅੰਦਰ। ਕੋਈ ਜੌਬ ਮਿਲ ਗਈ, ਨਿਆਣਾ ਬਾਹਰ ਚਲੇ ਗਿਆ, ਨਿਆਣਾ ਕਿਸੇ ਚੰਗੇ ਘਰ ਦੇ ਵਿੱਚ ਵਿਆਹ ਹੋ ਗਿਆ, ਘੁਮੰਡ ਆ ਜਾਂਦਾ। ਅਗਰ ਸਾਡੇ ਵਿੱਚ ਇਦਾਂ ਦਾ ਕੁਛ ਵੀ ਆ ਤਾਂ ਅਸੀਂ ਪਰਮੇਸ਼ਵਰ ਨੂੰ ਪਸੰਦ ਨਹੀਂ ਆ। ਫਿਰ ਭਾਵੇਂ ਆਪਾਂ ਬਾਹਾਂ ਚੱਕ ਕੇ ਗਾਈਏ, ਆਪਾਂ ਅੱਡੀਆਂ ਚੱਕ ਚੱਕ ਕੇ ਨੱਚੀਏ, ਉੱਚੀ ਦਿਨੀ ਆਪਾਂ ਹਾਲੇਲੂਇਆ ਦੇ ਨਾਰੇ ਲਾਈਏ, ਇੱਕ ਦੂਜੇ ਨੂੰ ਜੈ ਮਸੀਹ ਦੀ ਕਰੀਏ, ਭਾਵੇਂ ਜੋ ਮਰਜ਼ੀ ਕਰੀਏ, ਪਰ ਜੇ ਸਾਡੇ ਅੰਦਰ ਨਿਮਰਤਾ ਹੈ ਨੀ, ਅਧੀਨਗੀ ਹੈ ਨੀ, ਪਰਮੇਸ਼ਵਰ ਵਾਲਾ ਸੁਭਾਅ ਹੈ ਨੀ, ਫਿਰ ਇਹ ਮਨ ਖੁਸ਼ੀਆਂ ਤੋਂ ਬਿਨਾਂ ਹੋਰ ਕੁਛ ਨਹੀਂ ਆ। ਫਿਰ ਇਹ ਆਪਣੇ ਮਨ ਨੂੰ ਖੁਸ਼ ਕਰਨਾ ਹੀ ਆ ਵੀ ਬੱਲੇ ਬੱਲੇ ਮੈਂ ਬੜੀ ਆਰਾਧਨਾ ਕਰਦਾ, ਖਰਿਆ ਪਰਮੇਸ਼ਵਰ ਨੂੰ ਬਹੁਤ ਪਸੰਦ ਆ ਗਈ ਹੋਣੀ। ਨੋ, ਫਿਰ ਉਹਨੂੰ ਤੁਹਾਡੀ ਆਰਾਧਨਾ ਜਿਹੜੀ ਆ ਉਹ ਆਰਾਧਨਾ ਨਹੀਂ ਲੱਗਦੀ। ਐਕਚੁਅਲ ਦੇ ਵਿੱਚ ਜਿਹੜੀ ਆਰਾਧਨਾ ਆ ਨਾ, ਵਚਨ ਦੇ ਵਿੱਚ ਲਿਖਿਆ ਨਾ, ਕਹਿੰਦਾ ਮੇਰੀ ਪ੍ਰਾਰਥਨਾ ਪਰਮੇਸ਼ਵਰ ਦੇ ਹਜ਼ੂਰ ਬਖੂਰ ਦੀ ਨਿਆਈ ਪਹੁੰਚੇ। ਬਖੂਰ ਕੀ ਆ? ਧੂਪ, ਸੁਗੰਧ, ਖੁਸ਼ਬੂ। ਕਹਿੰਦਾ ਮੇਰੀ ਪ੍ਰਾਰਥਨਾ ਜਿਹੜੀ ਆ ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਚੰਗੀਆਂ ਸੁਗੰਧਾਂ ਦੇ ਵਾਂਗ ਪਹੁੰਚੇ। ਪਰ ਜੇ ਸਾਡੇ ਅੰਦਰ ਨਰਮਾਈ ਨਹੀਂ ਆ, ਹਲੀਮੀ ਨਹੀਂ ਆ, ਫਿਰ ਅਸੀਂ ਪ੍ਰਾਰਥਨਾ ਕਰਦੇ ਤਾਂ ਕਿੱਦਾਂ ਦੀ ਹੋਊਗੀ? ਦੁਰਗੰਧ, ਫਿਰ ਉਹ ਸੁਗੰਧ ਨਹੀਂ ਆ, ਫਿਰ ਉਹ ਦੁਰਗੰਧ ਆ। ਤੇ ਦੁਰਗੰਧ ਭਲਾ ਪਰਮੇਸ਼ਵਰ ਨੂੰ ਕਿਉਂ ਪਸੰਦ ਆਊਗੀ? ਅਸੀਂ ਪਰਮੇਸ਼ਵਰ ਨੂੰ ਸੁਗੰਧੀਆਂ ਅਰਪਿਤ ਕਰਨੀਆਂ ਨਾ, ਪਰ ਮੈਕਸਿਮਮ ਲੋਕੀ ਦੁਰਗੰਧ ਜਿਹੜੀ ਆ ਉਹ ਲੈ ਕੇ ਆ ਰਹੇ ਆ, ਕਿਉਂਕਿ ਉਹਨਾਂ ਦੇ ਅੰਦਰ ਘੁਮੰਡ ਆ, ਪ੍ਰਾਈਡ ਆ ਉਹਨਾਂ ਦੇ ਅੰਦਰ। ਇਸੇ ਕਰਕੇ ਬਹੁਤ ਸਾਰੇ ਜੀਵਨ ਆ, ਬਹੁਤ ਸਾਰੇ ਲੋਕ ਆ ਜਿਨ੍ਹਾਂ ਦੇ ਲਾਈਫ ਦੇ ਵਿੱਚ ਕੋਈ ਟੈਸਟੀਮਨੀ ਨਹੀਂ ਹੈ, ਕੋਈ ਗਵਾਹੀ ਬਾਣੀ ਨਹੀਂ ਰਹੀ। ਉਹ ਬਾਰ ਬਾਰ ਚਰਚ ਵਿੱਚ ਆ ਰਹੇ ਆ, ਵਰਤ ਵੀ ਰੱਖ ਰਹੇ ਆ, ਪਰ ਗਵਾਹੀ ਨਹੀਂ ਜਨਮ ਲੈ ਰਹੀ। ਕਿਉਂ? ਕਿਉਂਕਿ ਉਹ ਆਪਣੇ ਆਪ ਨੂੰ ਬਦਲ ਨਹੀਂ ਰਹੇ। ਤੁਹਾਡੇ ਜੀਵਨ ਵਿੱਚ ਕੰਮ ਕਰਨਾ ਪਰਮੇਸ਼ਵਰ ਨੇ, ਤਾਂ ਜਦ ਤੱਕ ਪਰਮੇਸ਼ਵਰ ਤੁਹਾਡੇ ਜੀਵਨ ਵਿੱਚ ਐਂਟਰ ਹੀ ਨਹੀਂ ਕਰੂਗੇ ਤਾਂ ਤੁਹਾਡੇ ਜੀਵਨ 'ਚ ਉਹਦਾ ਕੰਮ ਕਿੱਦਾਂ ਹੋਊਗਾ? ਤੇ ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਜੀਵਨ ਵਿੱਚ ਐਂਟਰ ਕਰੇ ਤਾਂ ਫਿਰ ਤੁਹਾਨੂੰ ਉਹਦੇ ਪਸੰਦ ਦਾ ਜੀਵਨ ਬਣਾਉਣਾ ਹੋਊਗਾ ਕਿ ਉਹਨੂੰ ਪਸੰਦ ਆਵੇ, ਉਹ ਖੁਸ਼ ਹੋਵੇ, ਉਹ ਸਿਰਫ ਇੱਕ ਵਾਰੀ ਐਂਟਰ ਨਾ ਕਰੇ ਪਰ ਉਹ ਐਂਟਰ ਕਰ ਜਾਵੇ ਤੇ ਉਹ ਆਪਣਾ ਤਖਤ ਲਗਾ ਲਵੇ, ਆਪਣਾ ਡੇਰਾ ਲਗਾ ਲਵੇ ਤੁਹਾਡੇ ਜੀਵਨ ਦੇ ਵਿੱਚ। ਤੇ ਫਿਰ ਸਭ ਪਾਸੇ ਚੰਗਿਆਈਆਂ ਹੀ ਚੰਗਿਆਈਆਂ, ਫਿਰ ਸਭ ਪਾਸੇ ਭਲਿਆਈਆਂ ਹੀ ਭਲਿਆਈਆਂ। ਇਹ ਅਧੀਨਗੀ ਦੀਆਂ ਬਰਕਤਾਂ ਆ। ਔਰ ਜੇ ਵਚਨ ਵਿੱਚ ਲਿਖ ਦਿੱਤਾ ਆ, ਖਾਸ ਤੌਰ ਤੇ ਪ੍ਰੋਵਰਬਸ ਦੇ ਵਿੱਚ, ਪ੍ਰੋਵਰਬਸ ਜਿਹੜੀਆਂ ਆ, ਕਹਾਉਤਾਂ ਜਿਹੜੀਆਂ ਆ, ਇਹ ਆ ਬੁੱਧ ਦਾ ਖਜ਼ਾਨਾ, ਅਕਲ ਦਾ ਖਜ਼ਾਨਾ ਆ ਇਹ। ਜੇ ਇੱਥੇ ਲਿਖ ਦਿੱਤਾ ਗਿਆ ਆ ਤੇ ਮਤਲਬ ਸੱਚ ਹੀ ਆ। ਜੇ ਪਰਮੇਸ਼ਵਰ ਦੀ ਬਾਣੀ 'ਚ ਲਿਖ ਦਿੱਤਾ ਗਿਆ ਆ ਕਿ ਅਧੀਨਗੀ ਦੀਆਂ ਇਹ ਬਰਕਤਾਂ ਆ, ਕਿ ਧਨ ਜਿਹੜਾ ਆ ਅਧੀਨਗੀ ਦੇ ਵਿੱਚ ਰਹਿਣ ਦੇ ਨਾਲ, ਪਰਮੇਸ਼ਵਰ ਦੇ ਡਰ ਵਿੱਚ ਰਹਿਣ ਦੇ ਨਾਲ ਪ੍ਰਾਪਤ ਹੋਣਾ ਤੇ ਜ਼ਰੂਰ ਹੋਊਗਾ। ਜੇ ਇੱਥੇ ਲਿਖ ਦਿੱਤਾ ਕਿ ਅਧੀਨ ਵਿਅਕਤੀ ਜਿਹੜਾ ਆ ਉਹਨੂੰ ਆਦਰ ਮਿਲੂਗਾ, ਪਰਮੇਸ਼ਵਰ ਦਾ ਭੈ ਰੱਖਣ ਵਾਲੇ ਨੂੰ ਆਦਰ ਮਿਲੂਗਾ ਤੇ ਜ਼ਰੂਰ ਮਿਲੂਗਾ।
ਜੇ ਇੱਥੇ ਲਿਖਿਆ ਆ ਪਰਮੇਸ਼ਵਰ ਦਾ ਭੈ ਰੱਖਣ ਵਾਲੇ ਨੂੰ, ਅਧੀਨ ਰੱਖਣ ਵਾਲੇ ਨੂੰ ਜ਼ਿੰਦਗੀ ਦੀ ਪ੍ਰਾਪਤੀ ਆ ਤਾਂ ਜ਼ਰੂਰ ਹੋਊਗੀ। ਮੈਂ ਝੂਠ ਬੋਲ ਸਕਦੀ ਹਾਂ, ਕੋਈ ਹੋਰ ਵਿਅਕਤੀ ਝੂਠ ਬੋਲ ਸਕਦਾ, ਪਰ ਪਰਮੇਸ਼ਵਰ ਦਾ ਵਚਨ ਕਦੀ ਝੂਠਾ ਨਹੀਂ ਹੁੰਦਾ। ਇਹ ਸੱਚਾ ਆ, ਪਰ ਉਹਨਾਂ ਲਈ ਜਿਹੜੇ ਇਹਨੂੰ ਫੋਲੋ ਕਰਦੇ ਆ।